ਭਾਈ ਜੇ ਤੁਸੀਂ ਸੰਗਰੂਰ ਸ਼ਹਿਰ ਦੇ ਰਹਿਣ ਵਾਲੇ ਹੋ ਤੇ ਸਭ ਤੋਂ ਵਧੀਆ ਤੇ ਸਸਤੀ ਟਿੱਕੀ ਖਾਣਾ ਚਾਹੁੰਦੇ ਹੋ ਤੇ ਕੁਆਂਟੀਟੀ ਵੀ ਜ਼ਿਆਦੇ ਤਾਂ ਕੀ ਨਾਮ ਹੈ ਭਾਈ ਤੇਰਾ ਆਦਿੱਤਿਆ ਤਾਂ ਭਾਈ ਆਹ ਭਾਈ ਹੈਗਾ ਸਿਰਫ 25 ਰੁਪਏ ਦੀ ਟਿੱਕੀ ਦੇਊਗਾ ਸਬਜ਼ੀ ਦੇ ਨਾਲ ਜਿਹਦੇ ਵਿੱਚ ਪਿਆਜ਼ ਤੇ ਰਿਫਾਈਨ ਕਿਹੋ ਜੀ ਤਲੀ ਹੋਈ ਹੈ ਨਾ ਇਹ ਸੋਇਆਬੀਨ ਦਾ ਤੇਲ ਹੈ ਜੀ ਤੇ ਸੋਇਆਬੀਨ ਦੇ ਤੇਲ ਦੇ ਵਿੱਚ ਤਲ ਕੇ ਇਹਦੇ ਵਿੱਚ ਕੀ ਹੈਗਾ ਇਹ ਛੋਲੇ ਸਬਜ਼ੀ ਛੋਲੇ ਮੜਾ ਦਿਖਾਏ ਇੱਕ ਵਾਰੀ ਆ ਜੀ ਛੋਲੇ ਸਬਜ਼ੀ ਰੰਗ ਦੇਖੋ ਛੋਲੇ ਸਬਜ਼ੀ ਦਾ ਕਿੰਨਾ ਵਧੀਆ ਆਇਆ ਤੇ ਇਹ ਡਰੈਸ ਕੀ ਹੈਗਾ ਇਹ ਆਪਣਾ ਆਪਣਾ ਬਿੱਲ ਭਰੇ ਜਾਂਦੇ ਨੇ ਨਾ ਕਿ ਬਿਜਲੀ ਦਾ ਬਿਜਲੀ ਦਾ ਬਿਜਲੀ ਦਾ ਦਫ਼ਤਰ ਸਬਜ਼ੀ ਮੰਡੀ ਦੇ ਮੋੜ ਹਾਂ ਸਬਜ਼ੀ ਮੰਡੀ ਮੋੜ ਤੇ ਬਿਜਲੀ ਦਫ਼ਤਰ ਤੇ ਬਾਈ ਖੜਦਾ ਹੈਗਾ ਕਿੰਨਾ ਟਾਈਮ ਹੋ ਗਿਆ ਬਾਈ ਇੱਥੇ ਇਹ ਵੀ ਆ 3 ਸਾਲ ਹੋ ਗਿਆ 3 ਸਾਲ ਹੋ ਗਏ ਤੇ ਕੁਆਂਟੀਟੀ ਵੀ ਬਹੁਤ ਜ਼ਿਆਦਾ ਦੇਊਗਾ ਬਾਕੀਆਂ ਨਾਲੋਂ ਤੇ ਟੇਸਟੀ ਤਾਂ ਹੈਗੀ ਹੋਏ ਮੈਂ ਇੱਕ ਵਾਰ ਪਹਿਲਾਂ ਵੀ ਟਰਾਈ ਕਰ ਚੁੱਕਿਆ ਹੈਗਾ ਇਸ ਲਈ ਅਸੀਂ ਫਿਰ ਦੁਬਾਰਾ ਫਿਰ ਖਾਣਾ ਇਹਦਾ ਟੇਸਟ ਦੇਖ ਕੇ ਹੋਰ ਕੀ ਕੁਛ ਆ ਮਤਲਬ ਗੋਲ ਗੱਪੇ ਦਹੀਂ ਭੱਲੇ ਅਤੇ ਦਹੀਂ ਭੱਲੇ ਵੀ ਇੱਧਰ ਦਹੀਂ ਭੱਲੇ ਵੀ ਪਿਆ ਗਏ ਦਹੀਂ ਭੱਲੇ ਪਲੇਟ ਕਿੰਨੇ ਦੀ ਆ 30 ਰੁਪਏ ਦੀ ਉਹ 30 ਰੁਪਏ ਦੀ ਤੇ ਗੋਲ ਗੱਪੇ ਗੋਲ ਗੱਪੇ ਦੂਜੀ ਵਾਲੇ 10 ਕਾ 3 ਹੈ ਇਹ ਆਪ ਇਹ 10 ਦੇ 5 ਅਤੇ ਦਹੀਂ ਭੱਲੇ ਇੱਕ ਭੱਲਾ ਹੁੰਦਾ ਉਹਦੇ ਵਿੱਚ ਕਿ ਦੋ 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 ਭੱਲੇ ਹੁੰਦੇ ਕਿਆ ਬਾਤ ਕਿਆ ਹੋ ਗਈ ਟਿੱਕੀ ਲੱਗਣ ਜਾ ਰਹੀ ਹੈ ਸਬਜ਼ੀ ਨੂੰ ਘਿਓ ਨਾਲ ਹੀ ਗਰਮ ਕਰਦਾ ਆਵਾਜ਼ ਸੁਣੋ ਜੋ ਕਰੰਚੀ ਹੈ ਪੂਰੀ ਜੋ ਕੱਟ ਦੇਗੇ ਨਾ ਉਹਦੀ ਪੂਰੀ ਕਰੰਚੀ ਹੋਣ ਦੀ ਆਵਾਜ਼ ਆ ਰਹੀ ਹੈ ਕਿ ਪੂਰੀ ਤੋਂ ਪਤਾ ਲੱਗ ਰਿਹਾ ਪੂਰੀ ਚੰਗੀ ਤਰ੍ਹਾਂ ਇਹ ਵੀ ਤਲੀ ਗਈ ਪਾਪੜੀ ਦੇ ਵਿੱਚ ਨਾ ਇਹਦੇ ਵਿੱਚ ਆ ਗਿਆ ਗੋਲ ਗੱਪਿਆਂ ਦਾ ਚੂਰਾ ਇੱਕ ਮਿੰਟ ਮੈਂ ਇੱਧਰ ਹੀ ਸਾਈਡ ਦੇ ਆ ਗਿਆ ਪਾਪੜੀ ਨਹੀਂ ਪਾਉਂਦੇ ਹੈਗੇ ਮਤਲਬ ਗੋਲ ਗੱਪਿਆਂ ਦਾ ਚੂਰਾ ਹੀ ਪਾਉਂਦਾ ਬਾਈ ਬਾਕੀ ਕਾਲਾ ਲੂਣ ਹੈ ਨਾ ਮਸਾਲਾ ਅਤੇ ਕਾਲੇ ਲੂਣ ਦੇ ਵਿੱਚ ਮਸਾਲਾ ਮਿਕਸ ਕੀਤਾ ਹੋਇਆ ਅਤੇ ਇਹ ਕੀ ਸੀਗਾ ਜਿਹੜਾ ਹੁਣ ਪਾਇਆ ਇਹ ਮਸਾਲਾ ਹੈ ਜੀ ਇਸਮੇ ਨਮਕ ਮਿਰਚ ਮਿਰਚ ਲਾਲ ਮਿਰਚ ਮਿਰਚ ਪਾਊਡਰ ਤਿੰਨ ਚਾਰ ਮਸਾਲੇ ਦੋਨੇ ਮਸਾਲੇ ਮਿਕਸ ਕਰੇ ਹੁਣ ਸਾਰਾ ਕੁਛ ਅਤੇ ਆ ਰਹੇ ਨੇ ਰੈੱਡ ਚਟਨੀ ਸੋਰੀ ਲਾਲ ਚਟਨੀ ਦਹੀਂ ਦੁਬਾਰਾ ਫਿਰ ਲਾਲ ਚਟਣੀ ਉੱਪਰ ਦੀ ਹਰੀ ਚਟਣੀ ਅਤੇ ਆਹ ਚਾਟ ਮਸਾਲਾ ਚਾਟ ਮਸਾਲਾ ਪਿਆਰਾ ਬਸ ਅਤੇ ਤੁਸੀਂ ਕੁਆਂਟਿਟੀ ਦੇਖੋ 25 ਰੁਪਏ ਦੇ ਵਿੱਚ ਇੰਨੀ ਸੰਗਰੂਰ ਦੇ ਵਿੱਚ ਹੁਣ ਕੋਈ ਨਹੀਂ ਦਿੰਦਾ ਸਵੇਰੇ ਕਿੰਨੇ ਵਜੇ ਆ ਜਾਂਦੇ ਹੋਗੇ ਸਵੇਰੇ ਹੁਣ ਹੀ ਆਇਆ ਅੱਛਾ ਆਹੀ ਟਾਈਮ ਕਿੰਨੇ ਤੋਂ ਕਿੰਨੇ ਅਭੀ ਆਪ ਆਏ ਤੇ ਨਾ ਮੇਰੇ ਸਕਲੇ ਕਿੰਨੇ ਵਜੇ ਸੀ ਜਦੋਂ ਉਹ 2:30 ਵਜੇ ਦਾ ਹੋਗਾ 2:30 ਵਜੇ ਤੋਂ ਲੈ ਕੇ ਰਾਤ ਦੇ ਕਿੰਨੇ ਵਜੇ ਤੱਕ 9:30 9:30 ਸਮਾਨ ਸਾਰਾ ਵਿਕ ਜਾਂਦਾ ਸਾਰਾ ਵਿਕ ਜਾਂਦਾ ਕਿਆ ਆ ਗਿਆ ਜੀ ਪਿਆਜ਼ ਉੱਪਰ ਛੋੜ ਗਿਆ ਤੁਹਾਨੂੰ ਇਹ ਟੇਸਟ ਕਰਕੇ ਦੱਸ ਦਿਆਂਗੇ ਵੀਡੀਓ 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 ਇਹ ਮੈਂ ਇੱਥੇ ਕਰ ਲੈਂਦਾ ਚੰਗੀ ਫਿਕਸ ਕਰਕੇ ਮੈਂ ਦੱਸ ਦਾ ਟੇਸਟ ਦਾ ਟੇਸਟ ਬਾਕੀ ਬਹੁਤ ਵਧੀਆ ਹੈਗਾ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਜਾਓ
मंडी वाले मोड़ ते ग्रेड के बिल्कुल नेड़े दुकानदार जी रेहड़ी का नाम हैगा आदित्य। चलो इधरों भी दिखा दिना आदित्य गोलगप्पे उन्होंने क्वांटिटी भी बहुत ज़्यादा मिलू रेट भी बहुत घट्ट टेस्ट की तो कोई कमी हैगी नहीं।